ਵੀ ਮੈਂ ਸ਼ਰਾਬ ਹਾਂ ਬੜੀ ਖਰਾਬ ਹਾਂ ਜੇ ਤੂੰ ਮੈਨੂੰ ਪੀਏਗਾ ਪੁੱਠੇ ਪੰਗੇ ਲਵੇਂਗਾ ਥਾਣੇ ਫੜਿਆ ਜਾਏਗਾ ਕੇਸ ਲੜੇ ਜਾਣਗੇ ਫਿਰ ਵੀ ਪਛਤਾਏਗਾ ਮੈਨੂੰ ਨਾ ਪੀ ਸੁਖੀ ਜੀਵਨ ਜੀ ਉਹ ਦੋ ਤਿੰਨ ਦਿਨਾਂ ਬਾਅਦ ਮੇਰੇ ਮਨ ਦੇ ਵਿੱਚ ਫੁਰਨਾ ਫੁਰਿਆ ਮੈਂ ਕੰਮ ਕਰਦਾ ਸੀ ਵਰਕਸ਼ਾਪ 'ਤੇ ਵੀ ਇਹ ਤਾਂ ਸ਼ਰਾਬ ਬੋਲ ਰਹੀ ਹੈ ਉਹ ਮੈਨੂੰ ਫਿਰ ਦਿਮਾਗ ਦੇ ਵਿੱਚ ਆਇਆ ਵੀ ਤੂੰ ਕਿਸੇ ਵੀ ਤਰੀਕੇ ਨਾਲ ਜੇ ਇਸ ਨੂੰ ਕਵਿਤਾ ਨੂੰ ਬੋਤਲ ਦੇ ਅੰਦਰ ਲਿਖ ਦੇ ਤੇਰਾ ਨਾਂ ਵਰਲਡ 'ਤੇ ਚੱਲੇ ਅਤੇ ਮੈਂ ਬੋਤਲਾਂ ਲਿਆਂਦੀਆਂ ਕਬਾੜ ਦੇ ਵਿੱਚੋਂ ਅਤੇ ਡਰਾਇੰਗ ਦੇ ਵਿੱਚ ਮੈਂ ਮਾਹਰ ਸੀ ਅਤੇ ਬ੍ਰਸ਼ ਮੈਂ ਮੋਡੀਫਾਈ ਕੀਤੇ ਅਤੇ ਰੰਗ ਦੇ ਨਾਲ ਮੈਂ ਲਿਖਣ ਲੱਗ ਗਿਆ ਬੋਤਲਾਂ ਟੁੱਟੀਆਂ ਰੰਗ ਡੁੱਲੇ ਅਤੇ ਜਿਹੜੀ 6 ਮਹੀਨੇ ਬਾਅਦ ਮੈਂ ਇੱਕ ਕਵਿਤਾ ਲਿਖਣ 'ਚ ਸਫਲ ਹੋਇਆ ਅਤੇ ਤਕਰੀਬਨ ਮੈਂ 11 ਭਾਸ਼ਾਵਾਂ 'ਚ ਕਵਿਤਾ ਲਿਖ ਚੁੱਕਿਆ ਮੇਰੀ ਆਪਦੀ ਹੀ ਕਵਿਤਾ ਟਰਾਂਸਲੇਟ ਕਰਕੇ ਅੱਛਾ ਜਿਵੇਂ ਹਿੰਦੀ ਪੰਜਾਬੀ ਉਰਦੂ ਡੱਚ ਰਸ਼ੀਅਨ ਅਫਰੀਕਨ ਮਾਲਿਆ ਹੰਗਰੀ ਮੰਨ ਕੇ ਚੱਲੋ ਵੀ ਇੱਕ ਦਿਨ ਮੈਂ ਲਾ ਦਿੰਦਾ ਇੱਕ ਨੂੰ ਤਿਆਰ ਕਰਨ 'ਤੇ ਕਿਉਂਕਿ ਐਂ ਜੇ ਰੈਗੂਲਰ ਇਹ ਕੰਮ ਹੁੰਦਾ ਨਹੀਂ ਅੱਜ ਤੱਕ ਤੁਸੀਂ ਨੈੱਟ 'ਤੇ ਸਰਚ ਕਰ ਲਓ ਅਖਬਾਰਾਂ ਦੇ ਵਿੱਚ ਦੇਖ ਲਓ ਵੀ ਕਿਸੇ ਵੀ ਬੰਦੇ ਨੇ ਪੋਇਟਰੀ ਬੋਤਲ ਦੇ ਅੰਦਰ ਨਹੀਂ ਲਿਖੀ ਇਨਸਾਈਡ ਕਨੇਡਾ ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ ਵੀ ਮੇਰੇ ਤੋਂ ਲੋਕ ਲਿਖਵਾ ਕੇ ਲੈ ਗਏ ਨੇ ਜਿਹੜੇ ਇੱਧਰ ਆਉਂਦੇ ਨੇ ਜਦੋਂ ਦੇਖਦੇ ਨੇ ਨਾ ਐਕਚੁਅਲੀ ਐਂ ਹੈ ਜੀ ਵੱਡਾ ਬੰਦਾ ਹੀ ਪੈਸਾ ਖਰਚ ਸਕਦਾ ਹੁੰਦਾ ਹੈ ਅਤੇ ਤਕਰੀਬਨ ਮੈਂ 5,000 ਤੋਂ ਲੈ ਕੇ 20,000 ਰੁਪਏ ਤੱਕ ਇੱਕ ਦਾ ਲਿਖਣ ਦਾ ਲੈ ਲੈਂਦਾ ਜਿਹੜੀ ਸਭ ਤੋਂ ਪਹਿਲੀ ਰਚਨਾ ਤੁਸੀਂ ਲਿਖੀ ਸੀ ਸਭ ਤੋਂ ਪਹਿਲੀ ਬੋਤਲ ਦੇ ਵਿੱਚ ਲਿਖਿਆ ਉਹ ਅੱਜ ਵੀ ਤੁਹਾਡੇ ਕੋਲ ਹੈ ਅਤੇ ਉਹਦਾ ਕੀ ਰੇਟ ਰੱਖਿਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਬਖੂਬ ਕਿਹਾ ਕਿਸੇ ਨੇ ਕਹਿੰਦੇ ਕਿ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਚਾਹੇ ਕਿਸੇ ਵੀ ਉਮਰ ਦੇ ਵਿੱਚ ਕੋਈ ਬੰਦਾ ਹੋਵੇ ਉਹਨੂੰ ਕੋਈ ਵੀ ਸ਼ੌਂਕ ਕਿਸੇ ਵੀ ਉਮਰ ਦੇ ਵਿੱਚ ਲੱਗ ਸਕਦਾ ਹੈ ਝਟਕਣੀ ਲੱਗ ਸਕਦੀ ਹੈ ਕਿ ਮੈਂ ਆਹ ਚੀਜ਼ ਕਰਨੀ ਹੈ ਮੈਂ ਆਹ ਚੀਜ਼ ਦੇ ਵਿੱਚ ਮੇਰਾ ਦਿਲ ਬੜਾ ਲੱਗਦਾ ਬੜਾ ਇੰਟਰਸਟ ਬਣਦਾ ਬੜੇ ਵੱਡੇ ਵੱਡੇ ਕਾਰੀਗਰ ਬੈਠੇ ਨੇ ਜਿਹੜੀਆਂ ਵੱਖ ਵੱਖ ਚੀਜ਼ਾਂ ਬਣਾਉਂਦੇ ਨੇ ਇੱਕ ਤੋਂ ਇੱਕ ਬੰਦਾ ਬੈਠਾ ਇੱਕ ਤੋਂ ਇੱਕ ਬੰਦਾ ਬੈਠਾ ਪਰ ਅੱਜ ਅਸੀਂ ਧੂਰੀ ਦੇ ਸ਼ਹਿਰ ਧੂਰੀ ਦੇ ਵਿੱਚ ਆਏ ਹਾਂ ਜਿੱਥੋਂ ਦੇ ਇੱਕ ਸ਼ਖਸ ਨੇ ਸੁਖਵਿੰਦਰ ਸਿੰਘ ਲੋਟੇ ਕਵੀ ਨੇ ਪੇਸ਼ਾ ਕਵੀ ਦਾ ਪਰ ਇੱਕ ਐਸੀ ਚੀਜ਼ ਕਰਦੇ ਨੇ ਕਿ ਜਿਸ ਤੋਂ ਬਾਅਦ ਉਸ ਉਹਨਾਂ ਦਾ ਨਾਮ ਜਿਹੜਾ ਹੈ ਨਾ ਲੋਕ ਯਾਦ ਰੱਖਦੇ ਨੇ ਬਾਰ ਬਾਰ ਸੁਣਦੇ ਨੇ ਤੁਸੀਂ ਮੇਰੀ ਇੰਟਰੋ ਦੁਬਾਰਾ ਸੁਣੋਗੇ ਜਦ ਮੈਂ ਤੁਹਾਨੂੰ ਦੱਸੂਗਾ ਕਿ ਉਹ ਜ਼ਰੂਰ ਇੱਕ ਕਵੀ ਤਾਂ ਹੈਗੇ ਨੇ ਪੇਸ਼ੇ ਵਜੋਂ ਇੱਕ ਮਕੈਨਿਕ ਨੇ ਪਰ ਮੈਂ ਦੱਸ ਦੇਵਾਂ ਕਿ ਉਹ ਬੋਤਲਾਂ ਦੇ ਅੰਦਰ ਆਪਣੀ ਕਵਿਤਾਵਾਂ ਲਿਖਦੇ ਨੇ ਬੋਤਲਾਂ ਦੇ ਉੱਪਰ ਨਹੀਂ ਬੋਤਲਾਂ ਦੇ ਅੰਦਰ ਬਿਨਾਂ ਬੋਤਲ ਤੋੜੇ ਬਿਨਾਂ ਬੋਤਲ ਦੇ ਖਰੋਚ ਆਏ ਕਿਵੇਂ ਇੱਕ ਸ਼ਖਸ ਬੋਤਲਾਂ ਦੇ ਅੰਦਰ ਜਿਹੜਾ ਆ ਇੱਕ ਕਵਿਤਾ ਆਪਣੀ ਗਜ਼ਲ ਜਿਹੜੀ ਆ ਲਿਖ ਸਕਦਾ ਆ ਤੁਹਾਨੂੰ ਵੀ ਹੈਰਾਨ ਕਰ ਦੂਗੀ ਬਿਲਕੁਲ ਸਹੀ ਸੁਣਿਆ ਬੋਤਲਾਂ ਦੇ ਅੰਦਰ ਜਿਹੜੀ ਆ ਇੱਕ ਗਜ਼ਲ ਇੱਕ ਕਵਿਤਾ ਲਿਖੀ ਜਾਂਦੀ ਹੈ ਅਤੇ ਇਸੇ ਕਰਕੇ ਬੜੇ ਮਸ਼ਹੂਰ ਨੇ ਵੱਡੇ ਵੱਡੇ MLA ਵੀ ਇਹਨਾਂ ਤੋਂ ਜਿਹੜਾ ਕੰਮ ਕਰਵਾ ਚੁੱਕੇ ਨੇ ਅਤੇ ਅੱਜ ਉਹਨਾਂ ਦੇ ਹੀ ਅਸੀਂ ਸ਼ਹਿਰ ਧੂਰੀ ਦੇ ਵਿੱਚ ਆਏ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਸਾਡੇ ਨਾਲ ਮੌਜੂਦ ਨੇ ਆਪਾਂ ਅੰਦਰ ਚੱਲਦੇ ਹਾਂ ਆ ਜਾਓ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਚੈਨਲ ਦਾ ਸਵਾਗਤ ਹੈ ਸੋ ਦਰਸ਼ਕੋ ਮੈਂ ਜਿਨ੍ਹਾਂ ਦੀ ਗੱਲ ਕੀਤੀ ਕਿ ਜਿਹੜੇ ਸੁਖਵਿੰਦਰ ਸਿੰਘ ਲੋਟੇ ਜੀ ਇਹਨੇ ਸੁਖਵਿੰਦਰ ਸਿੰਘ ਲੋਟੇ ਜੀ ਧੂਰੀ ਤੋਂ ਨੇ ਅਤੇ ਇਹ ਬਹੁਤ ਵਧੀਆ ਕਵੀ ਨੇ ਅਤੇ ਜਿਹੜੀ ਮੈਂ ਖਾਸੀਅਤ ਦੱਸੀ ਸੀ ਕਿ ਕਵੀ ਤਾਂ ਹੈਗੇ ਹੀ ਨੇ ਕਵੀ ਵਜੋਂ ਜਾਣੇ ਜਾਂਦੇ ਨੇ ਪਰ ਇੱਕ ਖਾਸ ਗੱਲ ਇਹ ਸੀ ਕਿ ਬੋਤਲਾਂ ਦੇ ਅੰਦਰ ਜਿਹੜੀ ਆਪਣੀ ਕਵਿਤਾਵਾਂ ਆਪਣੀ ਰਚਨਾਵਾਂ ਲਿਖਦੇ ਨੇ ਅਤੇ ਇਸੇ ਵਜੋਂ ਬਹੁਤ ਮਸ਼ਹੂਰ ਨੇ ਇੰਨੇ ਕੁ ਮਸ਼ਹੂਰ ਨੇ ਕਿ MLA ਵੱਡੇ ਵੱਡੇ MLA ਵੀ ਜਿਹੜੇ ਇਹਨਾਂ ਕੋਲ ਆ ਕੇ ਆਪਣਾ ਜਿਹੜਾ ਆ ਇਹ ਜਿਹੜੀ ਇਹ ਪੇਸ਼ਕਸ਼ ਦਿੰਦੇ ਨੇ ਆਪਣੀ ਕਾਰੀਗਰੀ ਕਰਦੇ ਨੇ ਉਹ ਲੈ ਚੁੱਕੇ ਨੇ ਖਰੀਦ ਚੁੱਕੇ ਨੇ ਤਾਂ ਉਹ ਆਪਣਾ ਬਣਵਾ ਚੁੱਕੇ ਨੇ ਬੜੇ ਸਮਾਗਮਾਂ ਦੇ ਵਿੱਚ ਗਏ ਨੇ ਆਪਾਂ ਸਾਰੀ ਗੱਲਬਾਤ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਇਹਨਾਂ ਨਾਲ ਕਰਾਂਗੇ ਕਿ ਕਿਵੇਂ ਇਹ ਸਾਰੀ ਜਿਹੜੀ ਆ ਬੋਤਲਾਂ ਨੇ ਇਹਨਾਂ ਉੱਤੇ ਕਿਵੇਂ ਲਿਖਦੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਭਾਅ ਜੀ ਕਿ ਜਿਹੜੀ ਇਹ ਤੁਸੀਂ ਕਵਿਤਾਵਾਂ ਲਿਖਣੀ ਸ਼ੁਰੂਆਤ ਕੀਤੀ ਸੀ ਤੁਸੀਂ ਕਵੀ ਹੋ ਤੁਸੀਂ ਕਿਹੜੇ ਸੰਨ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਕਿ ਬਚਪਨ ਤੋਂ ਹੀ ਚਟਕਣੀ ਲੱਗੀ ਹੋਈ ਸੀ ਕਿ ਮੈਂ ਕਵਿਤਾਵਾਂ ਲਿਖਦਾ ਰਹਿਣਾ ਕਵਿਤਾਵਾਂ ਤਾਂ ਜੀ ਮੈਂ ਲਿਖਦਾ ਹਾਂ ਕਾਲਜ ਟਾਈਮ ਤੋਂ ਅਤੇ ਜਿਹੜੀ ਇਹ ਕਲਾ ਬੋਤਲਾਂ ਦੇ ਅੰਦਰ ਆਈ ਹੈ ਇਹ ਆਈ ਹੈ 2012 ਦੇ ਵਿੱਚ ਮੈਂ ਇੱਕ ਕਵਿਤਾ ਲਿਖੀ ਨਸ਼ੇ ਦੇ ਖਿਲਾਫ਼
ਉਹ ਕਵਿਤਾ ਸੀ ਵੀ ਮੈਂ ਸ਼ਰਾਬ ਹਾਂ ਬੜੀ ਖਰਾਬ ਹਾਂ ਜੇ ਤੂੰ ਮੈਨੂੰ ਪੀਏਗਾ ਪੁੱਠੇ ਪੰਗੇ ਲਵੇਂਗਾ ਥਾਣੇ ਫੜਿਆ ਜਾਏਗਾ ਕੇਸ ਲੜੇ ਜਾਣਗੇ ਫਿਰ ਵੀ ਪਛਤਾਏਗਾ ਮੈਨੂੰ ਨਾ ਪੀ ਸੁਖੀ ਜੀਵਨ ਜੀ ਉਹ ਦੋ ਤਿੰਨ ਦਿਨਾਂ ਬਾਅਦ ਮੇਰੇ ਮਨ ਦੇ ਵਿੱਚ ਫੁਰਨਾ ਫੁਰਿਆ ਮੈਂ ਕੰਮ ਕਰਦਾ ਸੀ ਵਰਕਸ਼ਾਪ 'ਤੇ ਵੀ ਇਹ ਤਾਂ ਸ਼ਰਾਬ ਬੋਲ ਰਹੀ ਹੈ ਵੀ ਮੈਂ ਸ਼ਰਾਬ ਹਾਂ ਬੜੀ ਖਰਾਬ ਹਾਂ ਮੈਨੂੰ ਨਾ ਪੀ ਸੁਖੀ ਜੀਵਨ ਜੀ ਉਹ ਮੈਨੂੰ ਫਿਰ ਦਿਮਾਗ ਦੇ ਵਿੱਚ ਆਇਆ ਵੀ ਤੂੰ ਕਿਸੇ ਵੀ ਤਰੀਕੇ ਨਾਲ ਜੇ ਇਸ ਨੂੰ ਕਵਿਤਾ ਨੂੰ ਬੋਤਲ ਦੇ ਅੰਦਰ ਲਿਖ ਦੇ ਤੇਰਾ ਨਾਂ ਵਰਲਡ 'ਤੇ ਚੱਲੇ ਅਤੇ ਫਿਰ ਮੈਂ ਸੰਘਰਸ਼ ਕਰਨਾ ਸ਼ੁਰੂ ਕਰਤਾ ਅਤੇ ਮੈਂ ਬੋਤਲਾਂ ਲਿਆਂਦੀਆਂ ਕਬਾੜ ਦੇ ਵਿੱਚੋਂ ਅਤੇ ਡਰਾਇੰਗ ਦੇ ਵਿੱਚ ਮੈਂ ਮਾਹਰ ਸੀ ਅਤੇ ਬ੍ਰਸ਼ ਮੈਂ ਮੋਡੀਫਾਈ ਕੀਤੇ ਅਤੇ ਰੰਗ ਦੇ ਨਾਲ ਮੈਂ ਲਿਖਣ ਲੱਗ ਗਿਆ ਬੋਤਲਾਂ ਟੁੱਟੀਆਂ ਰੰਗ ਡੁੱਲੇ ਅਤੇ ਜਿਹੜੀ 6 ਮਹੀਨੇ ਬਾਅਦ ਮੈਂ ਇੱਕ ਕਵਿਤਾ ਲਿਖਣ 'ਚ ਸਫਲ ਹੋਇਆ ਅਤੇ ਹੁਣ ਜਿਹੜੀ ਮੇਰੀ ਪ੍ਰੈਕਟਿਸ ਹੋ ਗਈ ਹੈ ਵੀ ਜਿਵੇਂ ਹੁਣ ਆਹ ਇੱਕ ਸਾਈਡ ਹੈ ਇਹ ਮੈਂ ਤਕਰੀਬਨ 40-45 ਮਿੰਟ 'ਚ ਲਿਖ ਦਿੰਦਾ ਅੱਛਾ ਉਸ ਤੋਂ ਬਾਅਦ ਜਿਹੜੀ ਪ੍ਰੈਕਟਿਸ ਮੇਰੀ ਇੰਨੀ ਹੋ ਚੁੱਕੀ ਹੈ ਅੱਛਾ ਸਵਾਲ ਜ਼ਰੂਰ ਮੈਂ ਪੁੱਛੂੰਗਾ ਕਿ ਜਿਵੇਂ ਤੁਸੀਂ ਕਵਿਤਾਵਾਂ ਵੀ ਲਿਖਦੇ ਹੋ ਪੇਂਟਿੰਗ ਵੀ ਵਧੀਆ ਕਰ ਲੈਂਦੇ ਸੀਗੇ ਹੋਰ ਵੀ ਕੋਈ ਸ਼ੌਂਕ ਨੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਪੇਸ਼ਾ ਕੀ ਹੈ ਤੁਹਾਡਾ ਪੇਸ਼ਾ ਤਾਂ ਜੀ ਮੈਂ ਪੇਸ਼ੇ ਤੋਂ ਮਕੈਨਿਕ ਹਾਂ ਆਟੋ ਇਲੈਕਟ੍ਰੀਸ਼ੀਅਨ ਹਾਂ ਮੈਂ ਸੈਲਫ ਡਾਇਨਮੋ ਬੈਟਰੀ ਦਾ ਕੰਮ ਕਰਦਾ ਅਤੇ ਮੇਰੇ ਸ਼ੌਕ ਸੀਗੇ ਸ਼ੁਰੂ ਤੋਂ ਉੱਤੋਂ ਵੀ ਕੁਛ ਨਵਾਂ ਕੀਤਾ ਜਾਵੇ ਅਤੇ ਇੱਕ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਅਤੇ ਉਸ ਤੋਂ ਬਾਅਦ ਫਿਰ ਮੈਂ ਗਜ਼ਲ ਵੀ ਲਿਖਣ ਲੱਗਿਆ ਗਜ਼ਲਾਂ ਵੀ ਮੈਂ ਬੋਤਲਾਂ ਦੇ ਅੰਦਰ ਵੀ ਲਿਖੀਆਂ ਅਤੇ ਮੇਰੀ ਇੱਕ ਬੁੱਕ ਵੀ ਹੈਗੀ ਹੈ ਗਜ਼ਲਾਂ ਹੀ ਸਰਨਾਮਾ ਅਤੇ ਤਕਰੀਬਨ ਪੰਜਾਬੀ ਦੇ ਸਾਰੇ ਅਖਬਾਰਾਂ ਦੇ ਵਿੱਚ ਮੇਰੀ ਗਜ਼ਲ ਛਪਦੀ ਹੈ ਮੈਂ ਰੇਡੀਓ 'ਤੇ ਪ੍ਰੋਗਰਾਮ ਵੀ ਦਿੰਦਾ ਟੀ ਵੀ 'ਤੇ ਵੀ ਜਾਂਦਾ ਅੱਛਾ ਜਿਹੜੇ ਇਹ ਬੋਤਲਾਂ ਦੇ ਅੰਦਰ ਲਿਖਣ ਦਾ ਤੁਸੀਂ ਕੰਮ ਸ਼ੁਰੂ ਕੀਤਾ ਤੁਸੀਂ ਪਹਿਲਾਂ ਕਵਿਤਾਵਾਂ ਲਿਖਦੇ ਫਿਰ ਗਜ਼ਲ ਲਿਖਣੀ ਸ਼ੁਰੂ ਕੀਤੀ ਤੁਸੀਂ ਅੰਦਰ ਕਿਹੜੇ ਸੰਨ ਦੇ ਵਿੱਚ ਸ਼ੁਰੂ ਕੀਤਾ ਵੀ ਬੋਤਲਾਂ ਦੇ ਅੰਦਰ ਕਿਵੇਂ ਲਿਖਿਆ ਜਾਵੇ ਇਹ ਜਦੋਂ ਜੀ ਮੈਂ ਉਹ ਤੁਹਾਨੂੰ ਦੱਸਿਆ ਵੀ ਕਵਿਤਾ ਮੈਂ ਸ਼ਰਾਬ ਦੇ ਉੱਤੇ ਲਿਖੀ ਇਹ 2012 ਦੀ ਗੱਲ ਹੈ ਤਕਰੀਬਨ ਮੈਂ 2012 ਅਕਤੂਬਰ ਦੇ ਵਿੱਚ ਸਫਲ ਹੋ ਗਿਆ ਸੀ ਇਹਨੂੰ ਲਿਖਣ ਦੇ ਵਿੱਚ ਬੋਤਲ ਦੇ ਅੰਦਰ ਅੱਛਾ ਅਤੇ 2012 ਦੇ ਵਿੱਚ ਮੈਂ ਸਫਲ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਹੋਰ ਲਿਖਣੀਆਂ ਸ਼ੁਰੂ ਕਰਤੀਆਂ ਭਾਸ਼ਾਵਾਂ ਅਤੇ ਤਕਰੀਬਨ ਮੈਂ 11 ਭਾਸ਼ਾਵਾਂ 'ਚ ਕਵਿਤਾ ਲਿਖ ਚੁੱਕਿਆ ਮੇਰੀ ਆਪਦੀ ਹੀ ਕਵਿਤਾ ਟਰਾਂਸਲੇਟ ਕਰਕੇ ਅੱਛਾ ਜਿਵੇਂ ਹਿੰਦੀ ਪੰਜਾਬੀ ਉਰਦੂ ਡੱਚ ਰਸੀਅਨ ਅਫਰੀਕਨ ਮਾਲਿਆ ਹੰਗਰੀ ਅਤੇ ਇੰਨੀਆਂ ਭਾਸ਼ਾਵਾਂ ਦੇ ਵਿੱਚ ਦੇਖੋ 3 ਭਾਸ਼ਾ ਤਾਂ ਮੈਨੂੰ ਆਉਂਦੀਆਂ ਨੇ ਹਿੰਦੀ ਪੰਜਾਬੀ ਇੰਗਲਿਸ਼ ਬਾਕੀ ਭਾਸ਼ਾਵਾਂ ਮੈਂ ਕਿਸੇ ਤੋਂ ਟਰਾਂਸਲੇਟ ਕਰਵਾ ਲਈਆਂ ਜਿਵੇਂ ਉਰਦੂ ਸੀ ਉਰਦੂ ਮੈਂ ਮਲੇਰਕੋਟਲੇ ਦੇ ਕਿਸੇ ਦੋਸਤ ਤੋਂ ਟਰਾਂਸਲੇਟ ਕਰਵਾਈ ਆਪਦੀ ਕਵਿਤਾ ਅਤੇ ਬਾਕੀ ਭਾਸ਼ਾਵਾਂ ਮੈਂ ਨੈੱਟ 'ਤੇ ਟਰਾਂਸਲੇਟ ਕਰ ਲੈਂਦਾ ਅਤੇ ਫਿਰ ਮੈਂ ਵਰਾਇਟੀਆਂ ਬਣਾਉਣ ਦੇ ਮਾਰੇ ਨੇ ਫਿਰ ਮੈਂ ਟਰਾਂਸਲੇਟ ਕਰਕੇ ਉਹ 11 ਭਾਸ਼ਾਵਾਂ ਦੇ ਵਿੱਚ ਲਿਖਿਆ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਜੀ ਕਿੰਨੇ ਨੇ ਕਿੰਨੇ ਮੈਂਬਰ ਨੇ ਤੁਹਾਡੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜੀ ਮੇਰੀ ਵਾਈਫ ਹੈ 2 ਮੇਰੇ ਬੇਟੇ ਨੇ ਇੱਕ ਮੇਰਾ ਬੇਟਾ ਵਿਆਹਿਆ ਹੋਇਆ ਅਤੇ ਨੂੰਹ ਹੈ ਅਤੇ ਇੱਕ ਪੋਤੀ ਹੈ ਅੱਛਾ ਬੇਟਿਆਂ ਨੂੰ ਵੀ ਇਹ ਸ਼ੌਂਕ ਹੈ ਪੇਂਟਿੰਗ ਦਾ ਜਾਂ ਲਿਖਣ ਦਾ ਨਹੀਂ ਜੀ ਇਹ ਕੁਦਰਤੀ ਗੱਲ ਹੁੰਦੀ ਹੈ ਵੀ ਇਹ ਵਿਰਸ ਹਰੇਕ ਚੀਜ਼ ਤੁਹਾਨੂੰ ਵਿਰਸੇ 'ਚੋਂ ਨਹੀਂ ਮਿਲਦੀ ਹੈਗੀ ਅਤੇ ਇਹ ਮੇਰਾ ਸ਼ੌਕ ਸੀ ਵੀ ਮੈਂ ਵਰਲਡ 'ਤੇ ਕੁਛ ਕਰਨਾ ਅਤੇ ਮੈਂ ਪਹਿਲਾਂ ਕ੍ਰਿਕਟ ਵੀ ਖੇਡਦਾ ਰਿਹਾ ਕਾਫੀ ਕੁਛ ਕਰਦਾ ਰਿਹਾ ਅਤੇ ਇਸ ਚੀਜ਼ ਦੇ ਵਿੱਚ ਮੈਂ ਸਫਲ ਹੋ ਗਿਆ ਆਪਦਾ ਨਾਮ ਬਣਾਉਣ ਦੇ ਵਿੱਚ ਅੱਛਾ ਮੈਨੂੰ ਇਹ ਚੀਜ਼ ਜ਼ਰੂਰ ਦੱਸੋ ਇੱਕ ਚੀਜ਼ ਨਾ ਮੈਨੂੰ ਮੈਂ ਜ਼ਿਆਦਾ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਜਦੋਂ ਮੈਂ ਭਾਈ ਸਾਹਿਬ ਨੂੰ ਮਿਲਿਆ ਹਾਂ ਕਿ ਇੱਕ ਚੀਜ਼ ਆ ਬੋਤਲਾਂ ਦੇਖ ਕੇ ਮੈਨੂੰ ਨਾ ਖਾਈ ਜਾ ਰਹੀ ਹੈ ਉਹ ਇਹ ਕਿ ਇਹ ਜਿਹੜੀਆਂ ਕਵਿਤਾਵਾਂ ਲਿਖੀਆਂ ਨੇ ਤੁਸੀਂ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਉਣ ਕਿ ਇਹ ਜਿਹੜੀ ਕਵਿਤਾਵਾਂ ਲਿਖੀਆਂ ਹੋਈਆਂ ਨੇ ਇਹ ਬਾਹਰਲੀ ਸਾਈਡ ਨਹੀਂ ਇਹ ਇਹਦੇ ਅੰਦਰਲੀ ਸਾਈਡ ਲਿਖੀਆਂ ਹੋਈਆਂ ਨੇ ਬਿਲਕੁਲ ਇਹ ਇਹਦੇ ਅੰਦਰਲੀ ਸਾਈਡ ਲਿਖੀਆਂ ਹੋਈਆਂ ਨੇ ਅਤੇ ਬਿਨਾਂ ਬੋਤਲ ਨੂੰ ਕੋਈ ਨੁਕਸਾਨ ਹੋਏ ਸਾਰੀ ਇੰਨੀ ਸੋਹਣੀ ਰਾਈਟਿੰਗ ਦੇ ਵਿੱਚ ਮੈਂ ਕਹਿੰਦਾ ਹੈਂਡ ਰਾਈਟਿੰਗ ਬਹੁਤ ਸੋਹਣੀ ਲਿਖੀ ਹੋਈ ਹੈ ਭਾਅ ਜੀ ਵੀ ਅੰਦਰ ਕਿਵੇਂ ਲਿਖ ਲੈਂਦੇ ਹੋ ਇਹ ਚੀਜ਼ ਕਿਵੇਂ ਦਿਮਾਗ ਦੇ ਵਿੱਚ ਆਈ ਮੈਂ ਨਾ ਬੁਰਸ਼ ਖੁਦ ਮੋਡੀਫਾਈ ਕੀਤੇ ਨੇ ਇੱਥੋਂ ਦੀ ਲਿਖਦਾ ਬੁਰਸ਼ ਖੁਦ ਮੋਡੀਫਾਈ ਕਰਕੇ ਅਤੇ ਆਹ ਬੋਤਲ ਵਾਸਤੇ ਮੈਨੂੰ ਵੈਸੇ ਤਾਂ ਮੈਂ ਇਹੋ ਜਿਹੀ ਬੋਤਲ 'ਚ 1.5 ਘੰਟੇ 'ਚ ਲਿਖ ਦਿੰਦਾ ਬੋਤਲ 'ਚ ਮੈਨੂੰ ਲਿਖਣ ਵਾਸਤੇ 6 ਦਿਨ ਲੱਗ ਗਏ ਅੱਛਾ ਕਿਉਂਕਿ ਮੈਨੂੰ ਜਿਵੇਂ ਇੱਕ ਕ੍ਰੈਂਕ ਹੁੰਦੇ ਆ ਨਾ ਬ੍ਰਸ਼ ਬਹੁਤ ਉਹਦੇ ਬੈਂਡ ਬੁੰਡ ਮੈਨੂੰ ਪਾਉਣੇ ਪਏ ਅਤੇ ਫਿਰ ਮੇਰੀ ਹੋਰ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਸਪੇਸ ਹੁੰਦਾ ਬੋਤਲ ਦਾ ਉਸ ਹਿਸਾਬ ਨਾਲ ਮੈਂ ਪਹਿਲਾਂ ਆਪਦੀ ਕਵਿਤਾ ਲਿਖ ਲੈਂਦਾ ਦੇਖੋ ਜਿਵੇਂ ਹੁਣ ਇਹਦੇ 'ਚ ਇੰਨਾ ਸਪੇਸ ਸੀ ਮੈਂ ਇੰਨੇ ਸ਼ਬਦਾਂ ਦੀ ਇਹ ਕਵਿਤਾ ਲਿਖੀ ਹੈ ਇੱਥੇ ਮੇਰੇ ਕੋਲ ਇੰਨਾ ਸਪੇਸ ਹੈ ਇਸ 'ਤੇ ਮਤਲਬ ਮੈਂ ਬੋਤਲ ਦੇ ਹਿਸਾਬ ਨਾਲ ਕਵਿਤਾ ਨੂੰ ਢਾਲ ਲੈਂਦਾ ਫਿਰ ਮੈਂ ਲਿਖਦਾ ਅੱਛਾ ਹਾਂਜੀ ਅੱਛਾ ਪਤਾ ਸੁਣਨ 'ਚ ਇਹ ਵੀ ਆਇਆ ਕਿ ਤੁਸੀਂ ਵੱਡੇ ਵੱਡੇ MLA ਨੂੰ ਵੀ ਜਿਹੜਾ ਆਪਣੀ ਜਿਹੜੀ ਆ ਰਚਨਾਵਾਂ ਆ ਇੱਕ ਜਿਹੜੀਆਂ ਕਾਰੀਗਰੀ ਹੈ ਇਹ ਤੁਸੀਂ ਦੇ ਚੁੱਕੇ ਹੋ ਕਿਹੜੇ ਕਿਹੜੇ MLA ਤੁਹਾਡੇ ਕੋਲ ਆ ਚੁੱਕੇ ਨੇ ਖੈਰ 9 ਤਾਂ ਤੁਸੀਂ ਆਪਾਂ ਗੱਲ ਨਹੀਂ ਕਰਦੇ ਵੀ ਕਾਫੀ ਮਤਲਬ ਕਿ ਜਦੋਂ ਨਾ ਮੈਂ ਐਗਜੀਬਿਸ਼ਨਾਂ 'ਤੇ ਜਾਂਦਾ ਜਿਵੇਂ ਵਿਰਾਸਤ ਮੇਲਾ ਬਠਿੰਡਾ ਹੋ ਗਿਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੋ ਗਿਆ ਅਤੇ ਦਿੱਲੀ ਦੇ ਵਿੱਚ ਵੀ ਮੈਂ ਐਗਜੀਬਿਸ਼ਨਾਂ ਲਾਈਆਂ ਨੇ ਕਾਫੀ ਸ਼ਹਿਰਾਂ ਦੇ ਵਿੱਚ ਮੈਂ ਲਾਈਆਂ ਨੇ ਜਦੋਂ ਵੱਡੇ ਬੰਦੇ ਐਕਚੁਅਲੀ ਐਂ ਹੈ ਜੀ ਵੱਡਾ ਬੰਦਾ ਹੀ ਪੈਸਾ ਖਰਚ ਸਕਦਾ ਹੁੰਦਾ ਅਤੇ ਤਕਰੀਬਨ ਮੈਂ 5,000 ਤੋਂ ਲੈ ਕੇ 20,000 ਰੁਪਏ ਤੱਕ ਇੱਕ ਦਾ ਲਿਖਣ ਦਾ ਲੈ ਲੈਂਦਾ
ਤੇ ਆਮ ਬੰਦਾ ਤਾਂ ਫਿਰ ਤੁਹਾਨੂੰ ਪਤਾ ਲਿਖਾ ਨਹੀਂ ਸਕਦਾ, ਦੇਖਣ ਵਾਲੇ ਹੁੰਦੇ ਨੇ ਤੇ ਉਹਨਾਂ ਦੀ ਜੇਬ ਲੌ ਨਹੀਂ ਕਰਦੀ। ਤੇ ਫਿਰ ਮੇਰੇ ਤੋਂ ਕਈ ਬੰਦਿਆਂ ਨੇ ਮਤਲਬ ਕਹਿੰਦੇ ਨੇ, ਕੋਈ ਤਾਂ ਕਹਿੰਦਾ ਵੀ ਸਾਡੇ ਫੈਮਿਲੀ ਮੈਂਬਰਾਂ ਦੇ ਨਾਂ ਲਿਖਦੇ, ਕੋਈ ਕਹਿੰਦਾ ਵੀ ਸਾਡੀ ਕਵਿਤਾ ਲਿਖਦੇ ਸਾਡੀ, ਤੇ ਜਾਂ ਕੋਈ ਬੰਦਾ ਐਂ ਹੁੰਦਾ ਵੀ ਉਹ ਪਸੰਦ ਆ ਜਾਂਦੀ ਆ, ਉਹ ਪੂਰਾ ਮੇਰਾ ਬਣਿਆ ਬਣਾਇਆ ਪੀਸ ਵੀ ਲੈ ਜਾਂਦਾ। ਅਤੇ ਇਹ ਹਿੰਦੁਸਤਾਨ ਦੇ ਵਿੱਚ ਕਈ ਜਗ੍ਹਾ 'ਤੇ, ਆਪਣੇ ਧੂਰੀ ਦੇ ਵਿੱਚ, ਲੁਧਿਆਣੇ, ਬਠਿੰਡਾ, ਅਤੇ ਇੱਥੋਂ ਤੱਕ ਕਿ ਅਮੈਰੀਕਾ ਅਤੇ ਕਨੇਡਾ ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ ਵੀ ਮੇਰੇ ਤੋਂ ਲੋਕ ਲਿਖਵਾ ਕੇ ਲੈ ਗਏ ਨੇ। ਜਿਹੜੇ ਇੱਧਰ ਆਉਂਦੇ ਨੇ ਜਦੋਂ ਦੇਖਦੇ ਨੇ ਨਾ, ਉਹ ਫਿਰ ਮੈਨੂੰ ਔਡਰ ਦੇ ਦਿੰਦੇ ਨੇ ਵੀ ਸਾਡਾ ਐਂ ਕਰਕੇ ਤਿਆਰ ਕਰ ਦੇ ਤੂੰ, ਜਾਂ ਮੈਨੂੰ ਫੋਨ 'ਤੇ ਉੱਧਰੋਂ ਵਟਸਐਪ 'ਤੇ ਮੈਸੇਜ ਭੇਜ ਦਿੰਦੇ ਨੇ ਵੀ ਬੋਲ ਕਿੰਨੇ ਪੈਸੇ ਲਏਗਾ, ਵੀ ਤੂੰ ਆਹ ਚੀਜ਼ ਲਿਖ ਕੇ ਰੱਖੀ, ਅਸੀਂ ਆ ਰਹੇ ਹਾਂ। ਅਤੇ ਉੱਦਾਂ ਮੈਂ ਮਤਲਬ ਥੋੜ੍ਹਾ ਬਹੁਤਾ ਚੱਲਦਾ ਰਹਿੰਦਾ। ਅੱਛਾ, ਮੈਂ ਸੁਣਿਆ ਜਿਵੇਂ ਤੁਸੀਂ ਬਾਹਰ ਵੀ ਵੇਚ ਚੁੱਕੇ ਹੋ, ਜਿਵੇਂ ਹੁਣ ਇੱਕ ਬੋਤਲ ਸੀਗੀ ਆ, ਤੁਸੀਂ ਇਹ ਲਿਖਿਆ ਹੋਇਆ ਇਹ ਮਿਸਟਰ ਐਮ.ਐਲ. ਗਰਗ, ਇਹ ਕੈਂਬਰਿਜ ਸਕੂਲ ਦੀ ਹੈ ਧੂਰੀ। ਮੈਂ ਦਰਸ਼ਕਾਂ ਨੂੰ ਦਿਖਾਵਾਂ ਕਿ ਇਹ ਇੱਕ ਪੇਂਟਿੰਗ ਕੀਤੀ ਹੋਈ ਹੈ ਅੰਦਰ। ਲਿਖਣਾ ਚਲੋ ਇੱਕ ਗੱਲ ਆਪਾਂ ਅੱਡ ਮੰਨਦੇ ਹਾਂ, ਪਰ ਕਿਤੇ ਨਾ ਕਿਤੇ ਇਹ ਪੇਂਟਿੰਗ ਕੀਤੀ ਹੋਈ ਹੈ ਅਤੇ ਕਿੰਨੀ ਬਰੀਕੀ ਦੇ ਨਾਲ ਕੀਤੀ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ। ਅਤੇ ਕਿੰਨੀ ਸੋਹਣੀ ਇਕੱਲੀ ਇਕੱਲੀ ਚੀਜ਼ ਜਿਹੜੀ ਆ, ਇੱਕ ਪ੍ਰੋਪਰ ਬੈਚ ਬਣਾਇਆ ਹੋਇਆ ਜਿਸ ਦੇ ਵਿੱਚ ਦਾ ਕੈਂਬਰਿਜ ਸਕੂਲ ਲਿਖਿਆ ਹੋਇਆ ਹੈ ਧੂਰੀ, ਮਿਸਟਰ ਐਮ.ਐਲ. ਗਰਗ ਚੇਅਰਮੈਨ, ਜਿਹੜਾ ਸਾਰਾ ਨਾਮ ਕੁਛ ਲਿਖੇ ਹੋਏ ਨੇ ਇੱਧਰ ਇਹਨਾਂ ਦਾ, ਆਰਟ ਦਾ ਸੁਖਵਿੰਦਰ ਸਿੰਘ ਲੋਟੇ ਦਾ ਨਾਮ ਵਗੈਰਾ ਸਾਰਾ ਕੁਛ ਲਿਖਿਆ ਹੋਇਆ ਤੁਸੀਂ, ਵੀ ਇਹ ਆਰਟ ਕਰਨ ਨੂੰ ਕਿੰਨਾ ਟਾਈਮ ਲੱਗ ਜਾਂਦਾ? ਵੀ ਜੇ ਹੁਣ ਤੁਸੀਂ ਬੋਤਲ ਦੇ ਵਿੱਚ ਲਿਖਦੇ ਹੋ, ਇਹ ਸਾਰੀ ਬਣਾਉਂਦੇ ਹੋ, ਇੱਕ ਬੋਤਲ ਨੂੰ, ਇਹ ਡਿਪੈਂਡ ਕਰਦਾ ਹੋਊਗਾ ਵੱਖ ਵੱਖ ਬੋਤਲਾਂ 'ਤੇ, ਪਰ ਇੱਕ ਬੋਤਲ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ? ਮੰਨ ਕੇ ਚੱਲੋ ਵੀ ਇੱਕ ਦਿਨ ਮੈਂ ਲਾ ਦਿੰਦਾ ਇੱਕ ਨੂੰ ਤਿਆਰ ਕਰਨ 'ਤੇ, ਕਿਉਂਕਿ ਜੇ ਰੈਗੂਲਰ ਇਹ ਕੰਮ ਹੁੰਦਾ ਨਹੀਂ, ਕਿਉਂਕਿ ਜਿਹੜਾ ਪੇਂਟ ਹੁੰਦਾ ਇੱਕ ਦਫਾ ਜਿਹੜਾ ਮੈਂ ਵਿੱਚ ਕਰਤਾ, ਉਹਦੇ 'ਤੇ ਦੂਜਾ ਪੇਂਟ ਕਰਨ ਹੁੰਦਾ, ਜਿੰਨਾ ਚਿਰ ਉਹ ਸੁੱਕਦਾ ਨਹੀਂ ਫਿਰ ਦੂਜਾ ਕਰਨਾ ਪੈਂਦਾ। ਜੇ ਇੱਕੋ ਰੰਗ ਦੇ ਵਿੱਚ ਮੈਂ ਕੁਛ ਲਿਖਣਾ ਹੋਵੇ ਫਿਰ ਤਾਂ ਮੈਂ 1.5 ਘੰਟੇ 'ਚ ਲਿਖ ਦਿੰਦਾ, ਜੇ ਲਹਿਦਾ ਲਹਿਦਾ ਰੰਗ ਯੂਜ ਕਰਨੇ ਹੋਣ ਫਿਰ ਮੈਨੂੰ ਇੱਕ ਦਿਹਾੜੀ ਲੱਗ ਜਾਂਦੀ ਹੈ, ਇੱਦਾਂ ਹੈ। ਅੱਛਾ, ਜਿਹੜੀ ਤੁਸੀਂ ਸਭ ਤੋਂ ਪਹਿਲੀ ਰਚਨਾ ਕਹੀ ਸੀਗੀ ਦਾਰੂ ਵਾਲੀ, ਤੁਸੀਂ ਕਹੀ ਸੀਗੀ, ਹਾਂਜੀ ਹਾਂਜੀ, ਤੁਸੀਂ ਆਪ ਤਾਂ ਨਹੀਂ ਦਾਰੂ ਪੀਂਦੇ? ਨਹੀਂ, ਮੈਂ ਨਸ਼ਾ ਕੋਈ ਨਹੀਂ ਕਰਦਾ ਹੈਗਾ ਜੀ, ਇਹ ਕੁਦਰਤੀ ਦਿਮਾਗ ਦੇ, ਹਾਂ ਮੇਰੇ ਜੀ ਦਿਮਾਗ 'ਚ ਆਈ ਵੀ ਤੂੰ ਨਸ਼ੇ ਵਾਲੀ ਕਵਿਤਾ ਵੀ ਨਸ਼ੇ ਦੀ ਬੋਤਲ ਦੇ ਵਿੱਚ ਲਿਖ ਕੇ ਹੀ ਇਹਦੀ ਐਡ ਦੇ ਵੀ ਨਸ਼ਾ ਕਰਨਾ ਮਾੜਾ, ਜਿਵੇਂ ਬੋਤਲ 'ਤੇ ਸਿਰਫ ਇੱਕ ਲਾਈਨ ਲਿਖੀ ਹੁੰਦੀ ਹੈ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਮੈਂ ਪੂਰੀ ਕਵਿਤਾ ਲਿਖੀ ਹੈ, ਇਸੇ ਕਰਕੇ ਮੈਨੂੰ ਫੁਰਨਾ ਫੁਰਿਆ ਵੀ ਚਲੋ ਬਸ ਕੁਦਰਤੀ ਗੱਲ ਹੁੰਦੀ ਹੈ। ਉਸ ਚੀਜ਼ ਆਪਾਂ ਗੱਲਬਾਤ ਕਰ ਰਹੇ ਸੀ, ਦਰਸ਼ਕਾਂ ਨੂੰ ਵੀ ਦੱਸਣਾ ਜ਼ਰੂਰੀ ਹੈ, ਉਹ ਜਿਹੜੀ ਸਭ ਤੋਂ ਪਹਿਲੀ ਰਚਨਾ ਤੁਸੀਂ ਲਿਖੀ ਸੀ, ਸਭ ਤੋਂ ਪਹਿਲੀ ਬੋਤਲ ਦੇ ਵਿੱਚ ਲਿਖਿਆ, ਉਹ ਅੱਜ ਵੀ ਤੁਹਾਡੇ ਕੋਲ ਹੈ, ਅਤੇ ਉਹਦਾ ਕੀ ਰੇਟ ਰੱਖਿਆ ਤੁਸੀਂ? ਉਹ ਜੀ ਮੈਂ 10 ਲੱਖ ਦੀ ਵੇਚੂੰਗਾ ਜੀ, ਜੇ ਕਿਸੇ ਨੇ ਲੈਣੀ ਹੋਵੇ ਉਦੋਂ ਘੱਟ ਨਹੀਂ ਦਿੰਦਾ ਹੈਗਾ। ਇਹ ਕਿਉਂ ਇੰਨੀ ਮਹਿੰਗੀ? ਇੰਨੀ ਮਹਿੰਗੀ ਹੈ ਜੀ, ਉਹ ਵਰਲਡ ਦੀ ਪਹਿਲੀ ਕ੍ਰੀਏਸ਼ਨ ਹੈ, ਅੱਜ ਤੱਕ ਤੁਸੀਂ ਨੈੱਟ 'ਤੇ ਸਰਚ ਕਰ ਲਓ, ਅਖਬਾਰਾਂ ਦੇ ਵਿੱਚ ਦੇਖ ਲਓ ਵੀ ਕਿਸੇ ਵੀ ਬੰਦੇ ਨੇ ਪੋਇਟਰੀ ਬੋਤਲ ਦੇ ਅੰਦਰ ਨਹੀਂ ਲਿਖੀ ਇਨਸਾਈਡ। ਇਹ ਮੇਰਾ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਮੇਰਾ ਨਾਮ ਦਰਜ ਹੈ, ਵਰਲਡ ਰਿਕਾਰਡ ਦੇ ਵਿੱਚ, ਵਰਲਡ ਰਿਕਾਰਡਸ ਇੰਡੀਆ ਦੇ ਵਿੱਚ ਵੀ ਮੇਰਾ ਨਾਮ ਦਰਜ ਹੈਗਾ। ਕਿਆ ਬਾਤ! ਹਾਂ, ਮੈਂ ਲਾਈਵ ਲਿਖਿਆ ਸੀਗਾ, ਫਿਰ ਉਹਨਾਂ ਨੇ ਮੇਰਾ ਨਾਮ ਦਰਜ ਕੀਤਾ ਹੈ। ਕਿਆ ਬਾਤ ਜੀ! ਹਾਂ, ਮੈਂ ਦਰਸ਼ਕਾਂ ਨੂੰ ਦਿਖਾ ਦੇਵਾਂ ਕਿ ਇਹ ਬੋਤਲ ਦੇ ਪਿੱਛੇ ਵੀ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਤਸਵੀਰ ਹੈ, ਸੁਖਵਿੰਦਰ ਸਿੰਘ ਲੋਟੇ ਉਹਨਾਂ ਦੀ ਤਸਵੀਰ ਜਿਹੜੀ ਹੈ ਬਕਾਇਦਾ ਲੱਗੀ ਹੋਈ ਹੈ। ਇੱਕ ਨਿਊਜ਼ ਪੇਪਰ ਦੀ ਕਟਿੰਗ ਹੈ ਜਿਸ ਦੇ ਵਿੱਚ ਸਾਫ਼ ਤੌਰ 'ਤੇ ਪੈਸ਼ਨ ਅਨਕੌਕ ਲਿਖਿਆ ਹੋਇਆ। ਸਾਰੀਆਂ ਬੋਤਲਾਂ ਜਿਹੜੀਆਂ ਇਹਨਾਂ ਦੀ ਬਕਾਇਦਾ ਚਿਣੀਆਂ ਹੋਈਆਂ ਨੇ, ਜਿਹੜਾ ਇਹਨਾਂ ਨੇ ਲਿਖੀਆਂ ਨੇ, ਕਈ ਲੋਕ ਖਰੀਦ ਲੈਂਦੇ ਨੇ। ਇਹ ਸਾਰੀਆਂ ਬੋਤਲਾਂ ਜਿਹੜੀ ਤੁਸੀਂ ਦੇਖ ਰਹੇ ਹੋ, ਵੱਖ ਵੱਖ ਕਵਿਤਾਵਾਂ ਜਿਹੜੀਆਂ ਲਿਖੀਆਂ ਹੋਈਆਂ ਨੇ 11 ਭਾਸ਼ਾਵਾਂ ਦੇ ਵਿੱਚ। ਮੈਂ ਦਿਖਾ ਦੇਵਾਂ, ਵੇਖੋ, ਵੱਖ ਵੱਖ ਭਾਸ਼ਾਵਾਂ ਦੇ ਵਿੱਚ ਜਿਹੜੀਆਂ ਨੇ, ਪੰਜਾਬੀ, ਹਿੰਦੀ, ਇੰਗਲਿਸ਼, ਹੰਗੇਰੀਅਨ ਜਿਹੜੀ ਹੈ ਲੈਂਗੁਏਜ ਲਿਖੀ ਹੋਈ ਹੈ, ਵੱਖ ਵੱਖ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਨੇ, ਇਹ ਬਾਹਰਲੀਆਂ ਬੋਤਲਾਂ ਨੇ, ਇਹ ਬਾਹਰਲੀਆਂ ਬੋਤਲਾਂ ਜਿਹੜੀਆਂ ਲੋਕ ਭੇਜ ਦਿੰਦੇ ਨੇ। ਇਹ ਜ਼ਰੂਰ ਇਹ ਹੈ ਦਾਰੂ ਦੀਆਂ ਬੋਤਲਾਂ, ਪਰ ਖੁਦ ਨਹੀਂ ਪੀਂਦੇ, ਪਰ ਇਸੇ ਕਰਕੇ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਕਿ ਕਿਉਂ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਦਾਰੂ ਅੰਦਰੋਂ ਬੋਲਦੀ ਹੈ, ਇਹਨਾਂ ਨੇ ਉਹੀ ਚੀਜ਼ ਦਿਮਾਗ ਦੇ ਵਿੱਚ ਲਿਆ ਕੇ ਇਹ ਚੀਜ਼ ਲਿਖੀ। ਇੱਕ ਬਹੁਤ ਯੂਨੀਕ ਜੀ ਚੀਜ਼ ਹੈ, ਮੈਂ ਸੋਚ ਕੇ ਪਹਿਲਾਂ ਤਾਂ ਹੈਰਾਨ ਹੋ ਗਿਆ ਸੀਗਾ। ਅੱਛਾ, ਜੇ ਤੁਸੀਂ ਇਹ ਚੀਜ਼ ਦੇਖਦੇ ਹੋ, ਲਿਖਦੇ ਹੋ, ਪਰਿਵਾਰ ਵਾਲੇ ਸਪੋਰਟ ਕਰਦੇ ਨੇ? ਦੇਖੋ ਜੀ, ਸਪੋਰਟ ਜਦੋਂ ਆਪਾਂ ਕੋਈ ਨਵਾਂ ਕੰਮ ਕਰਦੇ ਹਾਂ ਨਾ, ਅਵੱਲਾ ਜਿਹਾ ਹੁੰਦਾ, ਅਗਲਾ ਕਹਿੰਦਾ ਵੀ ਖੇਡਾਂ ਕਰਦਾ ਕੋਈ, ਇਹ ਇਕੱਲੇ ਪਰਿਵਾਰ ਨਹੀਂ, ਮੇਰੇ ਨਾਲ ਨਹੀਂ, ਹੋਰ ਆਰਟਿਸਟਾਂ ਨਾਲ ਵੀ ਇੱਦਾਂ ਹੀ ਹੁੰਦਾ ਹੈ। ਸ਼ੁਰੂ ਦੇ ਵਿੱਚ ਕਾਫੀ ਵਿਰੋਧ ਹੁੰਦਾ ਹੈ, ਯਾਰਾਂ ਦੋਸਤਾਂ ਵੱਲੋਂ ਵੀ ਮਜ਼ਾਕ ਕੀਤੇ ਜਾਂਦੇ ਨੇ, ਜਦੋਂ ਬੰਦਾ ਸਫਲ ਹੋ ਜਾਂਦਾ ਫਿਰ ਉਹ ਸਲੂਟ ਮਾਰਦੇ ਨੇ। ਹੁਣ ਦੇ ਤੁਸੀਂ ਦੇਖੋ ਵੀ SDM ਸਾਹਿਬ ਨੇ ਵੀ ਮੈਨੂੰ ਸਨਮਾਨ ਦਿੱਤਾ, DC ਸਾਹਿਬ ਨੇ ਵੀ ਸਨਮਾਨ ਦਿੱਤਾ, ਵਿੱਤ ਮੰਤਰੀ ਨੇ ਵੀ ਸਨਮਾਨ ਦਿੱਤਾ, ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਮੈਂ ਜਾਂਦਾ, ਰੇਡੀਓ 'ਤੇ ਮੇਰੇ ਪ੍ਰੋਗਰਾਮ ਆਉਂਦੇ ਹੈ, TV 'ਤੇ ਆਉਂਦੇ ਹੈ, ਫਿਰ ਸਾਰੇ ਸਲੂਟ ਮਾਰਦੇ ਨੇ, ਨਾਲੇ ਉੱਥੋਂ ਪੈਸਾ ਮਿਲਦਾ ਸਾਨੂੰ। ਅੱਛਾ, ਸ਼ੁਰੂਆਤ 2012 ਦੇ ਵਿੱਚ ਕੀਤੀ ਸੀਗੀ, ਉਦੋਂ ਕੀ ਕਹਿੰਦੇ ਸੀ ਲੋਕ ਫਿਰ? ਫਿਰ ਉਦੋਂ ਤਾਂ ਪਹਿਲਾਂ ਟੀਚਰਾਂ ਹੀ ਸੀਗੀਆਂ ਜੀ, ਜਦੋਂ ਮੇਰਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ 13 'ਚ ਦਰਜ ਹੋ ਗਿਆ ਅਤੇ ਫਿਰ ਮੈਨੂੰ ਲੋਕ ਸਲੂਟ ਮਾਰਨ ਲੱਗ ਗਏ, ਫਿਰ ਮੇਰੇ ਕੋਲ ਅਖਬਾਰਾਂ ਵਾਲੇ ਆਉਣ ਲੱਗ ਗਏ, ਉਹਨਾਂ 'ਚ ਮੇਰੇ
आर्टिकल छपन लगे, मेरिया स्टोरिया फिर टीवी चैनलों पर आने लग गई, तो फिर लोग बहुत दूरों दूरों मैं फोन आया करन यार तैं बहुत वधिया करता ऐ करता, तो मतलब शुरू के थोड़ी जी मतलब कि झलनी पैंदी है जिहड़ी लोगों की कमेंट्स होंदे ने लोगों के, तो उदू बाद जो बंदा सफल हो जाता है फिर सलूट मारते हैं। अच्छा, बहुत रचनावां लिख लिया हुण तक, किन्नियां बोतलां दे विच कुल तुसीं लिख चुके हो हुण तक? मेरे कोले तकरीबन 80 बोतलों के मैं किताब लिख चुकिया। कुछ बोतलां मेरे को जिहियां ने जिवें आ चौरस बोतल है, तो चारां पासे चार ही भाषावां ने, आ देख लो इहदे विच हिंदी, पंजाबी, इंग्लिश ते अफ्रीकन, तो इदा कुछ बोतलों का चार चार कवितावान ने, कुछ दे दो दो ने दो साइड के उत्ते, जिही जी बोतल है जिही जी शेप है वो उस हिसाब न मैं लिखदा। देखो जिमें ये तीन ने, एक सेंटर के दो साइड से ने, पिछे स्पेस है नहीं लिखण वास्ते, तो इस तरीके मैं किसी दो किसी तीन किसी चार जिहड़ी मैं 100 तो उपर कविता लिख चुकी। अच्छा, एक चीज़ दिमाग के आँदी जब तुम लिखते हो ये, तो जे मान लो कोई गलती हो जाती है फिर उस चीज़ को किवें सही करते हो, क्योंकि बोतल के विच लिख रहे हो तो लिखना ही बहुत मुश्किल है, फिर गलती किवें करते हो साफ? ये गल इदां जी भी गलती साफ करने वास्ते भी मैं आपदे इंस्ट्रूमेंट बनाए हुए ने, ये शुरू के मैनू कुछ टाइम तक काफ़ी दिक्कत आई, फिर मेरी प्रैक्टिस इन्नी हो गई भी हुण गलती होंदी है नहीं, ये कुदरती गल है भी जदों बंदे की ज़्यादा प्रैक्टिस हो जाए ना फिर गलती हुण हट जाती है, तो हुण तां बिना मतलब कि उस तो ही मैं बिल्कुल ऐ वधिया लिख दिंदा जी। अच्छा, कोई कोई जिवें कोई ऐसी चीज़ होवे जिहड़ी तुहानूं हमेशा कदे भुल ही नहीं रही, एक ऐसा वाक्य होवे इस चीज़ दे लिखण दे विच, कोई ऐसा बंदा आया होवे वी जिसने एक चीज़ कही होवे थोड़े माइंड दे विच जिहड़ी इस चीज़ नूं लैके नहीं भुलदी? खैर, कई दफ़ा ना मैनूं आपदे आप नूं ऐ लगदा है वी बहुत ज़्यादा पढ़े लिखे व्यक्ति वड्डियां पदवियां उत्ते नौकरी करन वाले भी आ के टीचर कर जांदे ने, टीचर ऐ कर जांदे ने। एक वारी मेरे कोले ना किसी यूनिवर्सिटी का प्रोफेसर आया रिटायर। अच्छा, तो वह मैनू कहना भी तू इत्थे एग्जीबिशन लई आ, मैं कहा जी हाँ, कहना भी तू ये कला सिखा देंगा, मैं कहा जी मैं सिखा दूंगा, तो मैं जी मैं कुछ पैसे लूँगा, कहना यार कमाल की गल है, कहना यार कला होंगी है जिहड़ी लोग तो धुरों सिखाते आए ने फ्री दे विच, मैं जी तुसी प्रोफेसर रिटायर हुए हो? कहना हाँ। मैं कहा तुसी 60-65 हज़ार तो पेंशन लैने, हैं चार अखर सिखाउण दे? मैं कहा तुसी किताब च पढ़ के सिखाया, तू थोड़ा आपका दिमाग नहीं है? मैं क्या किताब चो पढ़ के, मैं तुम बोर्ड से समझाता 125,000 तनखाह ली है, 60-65 हज़ार पेंशन लें, मैं मेरी क्रिएशन है वर्ल्ड के पहली, तो यह कोई मुल नहीं, फिर हक्का बक्का रह गया जी, यह काफ़ी कुछ होंगे। अच्छा, जो MLA आए ने, कई MLA ने भी दसिया, आप जिक्र नहीं करा, उन्हें नाम नहीं लवेंगे, पर बकायदा पैसे दे के जाते हैं जिम्मे बाकी वास्ते भी आप रखते पैसे दे के जाते हैं? देखो जी, गल इदा है भी कला मैं कदे भी फ्री दे किसी को दिती नहीं हैगी, ना देव, क्योंकि देखो ये अपनी हदक है, आप इन्नी मेहनत करके कोई चीज़ बनाई है वह अपन मुल ना पवे, यह तो होंगे भी जो कोई गरीब बंदा है मैनू घट पैसे दे, मैनू कोई दिक्कत नहीं हैगी, भी उन्होंने चाहना होगी भी मैं लैनी लैनी है, तो बाकी मैं फ्री दे कोई दिती नहीं, बाकी मैं 20-20 हज़ार रुपए तक भी लिया। अच्छा, हाँ जी, एक पासा लिखण दा? हाँ जी हाँ जी हाँ। अच्छा, बाहरली कि कंट्री के अपने आर्टिकल जोड़े ने क्रिएशन जी भेज चुके हो? भेज जी, मैं कनेडा के भेज चुके हाँ, तो इंग्लैंड दे विच भी दो तीन मेरे दोस्त ने, वो दो तीन दफा लै गए ने, तो अमेरिका दे विच भी चली गई है, तो आस्ट्रेलिया दे विच भी चली गई है, मतलब इदा समय समय के उत्ते जाती रहती है जी। अच्छा, बच्चे हुण कहिंदे ने भी मैं भी ये चीज़ ट्राई करनी है, पापा भी मैं भी ये चीज़ ट्राई करनी है लिखण दा, इहदे हुण देख के तुहानूं जिवें हुण पैसे मिलते ने, लोग हुण सल्यूट करते हैं जिवें गिनीज वर्ल्ड जिहड़े देखिए वर्ल्ड रैंक से रिकॉर्ड भी दर्ज हो गए ने हुण थोड़े नाते, हुण बच्चे कहिंदे ने भी पापा मैं भी, मैनू भी सिखा दो भी, बाकी जिवें कहिंदे ने भी सानू सिखाओ, बच्चे कहिंदे ने भी मैनू सिखा दो? नहीं, इही जी कोई गल नहीं हैगी, मैं तां बल्कि चाहुंदा भी मेरा कोई बच्चा मेरी लाइन दे विच आवे भी कुछ करे, उह ये एक्चुअली पता की है, ये अणखिज कम हुंदा है, मतलब कि ये मेहनत काफ़ी करनी पैंदी है फिर बंदा सफल हुंदा है, हाँ भी वह बंदा हरेक करना नहीं चाहुंदा, अगला कहिंदा भी छेती मैनू तां पैसे ही मिल जाए, मेरा मतलब थीम यह सी भी मेरा नाम चले, पैसा तो बाद की गल है, फिर पैसा आप ही आने लग जाता है जो आप कुछ करते हैं ना, फिर आप ही सब कुछ होने लग जाता है। बहुत चंगा लग्या भाजी सच्ची, क्योंकि जब सानू पता लग्या ना दर्शकों असं इतने आए हुए थे, तो सानू जब पता लग्या तो स्पैशल भाजी ने असं फोन किया, नंबर किसी तो अरेंज किया, तो जो ये गल पता लगी कि कहिंदे भी बोतलों के अंदर जिहड़ी है कवितावां गज़लां जिहड़ियां ने लिखिया जांदियां ने, तो सिर्फ गज़लां नहीं, तुसीं आ देख सकते हो पेंटिंग्स भी की जांदियां ने, जे जिहड़ी
ਬਰੀਕੀ ਦੇ ਨਾਲ ਕੰਮ ਹੋਇਆ ਹੋਇਆ ਯਾਰ, ਰੂਹ ਖੁਸ਼ ਹੁੰਦੀ ਆ ਦੇਖ ਕੇ। ਤੁਸੀਂ ਵੀ ਹੈਰਾਨ ਹੁੰਦੇ ਹੋਗੇ, ਪਹਿਲਾ ਸ਼ਖਸ ਦੇਖਿਆ ਹੋਊਗਾ ਵਰਲਡ ਦੇ ਵਿੱਚ ਭਾਅ ਜੀ, ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਬੋਤਲ ਦੇ ਵਿੱਚ ਜਿਹੜੀ ਆਪਣੀ ਕਲਾਕ੍ਰਿਤੀਆਂ ਕਰਨੀਆਂ ਸ਼ੁਰੂ ਕੀਤੀਆਂ 2012 ਦੇ ਵਿੱਚ। ਜਿਵੇਂ ਇਹਨਾਂ ਨੇ ਦੱਸਣਾ ਆ ਕਿ 12 ਦੇ ਵਿੱਚ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ, ਇੱਕ ਸਭ ਤੋਂ ਪਹਿਲੀ ਬੋਤਲ ਜਿਸ ਦੇ ਵਿੱਚ ਉਹਨਾਂ ਨੇ ਦਾਰੂ ਦਾ ਜ਼ਿਕਰ ਕੀਤਾ ਸੀ ਕਿ ਦਾਰੂ ਸਿਹਤ ਲਈ ਹਾਨੀਕਾਰਕ ਹੈ, ਉਹ ਬੋਤਲ ਜਿਹੜੀ ਆ ਬਣਾਈ ਸੀ। ਅਤੇ ਉਸ ਤੋਂ ਬਾਅਦ ਉਸਦਾ ਜਿਹੜਾ ਹੁਣ ਅੱਜ ਦੇ ਵਿੱਚ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਉਹਦਾ ਰੇਟ ਜਿਹੜਾ ਆ ਉਹ 10 ਲੱਖ ਰੁਪਇਆ ਰੱਖਿਆ ਹੋਇਆ। ਇੱਕ ਬਹੁਤ ਵੱਡਾ ਰੇਟ ਅਤੇ ਬਹੁਤ ਵੱਡੀ ਕਲਾਗਰੀ ਮੈਂ ਕਹਿ ਸਕਦਾ, ਕਿਉਂਕਿ ਵਰਲਡ ਰਿਕਾਰਡ ਜਿਹੜੇ ਨੇ ਇਹਨਾਂ ਦੇ ਨਾਂ 'ਤੇ ਦਰਜ ਨੇ। ਵੱਡੇ ਅਫਸਰ ਸਾਹਿਬਾਨਾਂ ਵੱਲੋਂ ਜਿਹੜੇ ਨੇ, ਵਿੱਤ ਮੰਤਰੀ ਵੱਲੋਂ ਵੀ ਜਿਹੜੇ ਨੇ ਇਹ ਸਨਮਾਨਿਤ ਕੀਤੇ ਗਏ ਨੇ, ਉਹਨਾਂ ਨਾਲ ਮਿਲੇ ਨੇ, ਉਹ ਵੀ ਇਹਨਾਂ ਦੀ ਰਿਸਪੈਕਟ ਕਰਦੇ ਨੇ। ਕਿਉਂਕਿ ਜਿਹੜੀ ਕਲਾਕ੍ਰਿਤੀ ਅਕਸਰ ਕਦੇ ਸੁਣਨ 'ਚ ਦੇ ਵਿੱਚ ਨਹੀਂ ਆਈ, ਆਪਾਂ ਅਕਸਰ ਸੁਣਦੇ ਸੀਗੇ ਵੀ ਕਵਿਤਾਵਾਂ ਜਿਹੜੇ ਲੋਕ ਨੇ ਲਿਖਦੇ ਨੇ ਪੱਤਿਆਂ 'ਤੇ ਲਿਖਦੇ ਹੋਣਗੇ, ਕਾਗਜ਼ਾਂ 'ਤੇ ਲਿਖਦੇ ਹੋਣਗੇ ਤਾਂ ਬੜੇ ਸੁਣੇ ਸੀਗੇ, ਪਰ ਬੋਤਲਾਂ ਦੇ ਅੰਦਰ ਲਿਖਦੇ ਜਿਹੜੇ ਨੇ ਉਹ ਅੱਜ ਬਾਖੂਬੀ ਅਸੀਂ ਦੇਖ ਵੀ ਲਏ, ਸੁਣ ਵੀ ਲਏ, ਅਤੇ ਕਿਵੇਂ ਲਿਖਦੇ ਨੇ ਇਹ ਵੀ ਤੁਸੀਂ ਦੇਖ ਲਏ। ਬਹੁਤ ਚੰਗਾ ਲੱਗਿਆ ਭਾਅ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਬਹੁਤ ਚੰਗੀ ਤਰੀਕੇ ਦੇ ਨਾਲ ਇਹ ਜਿਹੜੀ ਕਲਾਕ੍ਰਿਤੀ ਹੈ ਇਹ ਸਾਂਭੀ ਹੋਈ ਹੈ। ਉਮੀਦ ਕਰਦੇ ਹਾਂ ਆਪਾਂ ਫਿਰ ਜਲਦ ਤੋਂ ਮਿਲਾਂਗੇ। ਹੁਣ ਇਹ ਚੀਜ਼ ਛੱਡ ਤਾਂ ਨਹੀਂ ਜਾਓਗੇ ਤੁਸੀਂ? ਨਹੀਂ ਨਹੀਂ, ਇਹ ਤਾਂ ਮੈਂ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਤਾਂ ਚੱਲਦਾ ਰਹੂਗਾ ਸਿਸਟਮ, ਅਤੇ ਕੋਸ਼ਿਸ਼ ਕਰੂੰਗਾ ਵੀ ਮੈਂ ਮੇਰੇ ਪਰਿਵਾਰ 'ਚੋਂ ਹੀ ਕੋਈ ਸਿੱਖੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਕਿਸੇ ਹੋਰ ਨੂੰ ਵੀ ਗੁਰਤਾ ਦੇਊਂਗਾ ਜ਼ਰੂਰ, ਐਸੀ ਗੱਲ ਨਹੀਂ ਹੈ, ਅਤੇ ਪੰਜਾਬ ਨਿਊਜ਼ ਚੈਨਲ ਦਾ ਮੈਂ ਧੰਨਵਾਦ ਕਰਨਾ। ਸੋ ਦੋਸਤੋ, ਇਹ ਸਨ ਸੁਖਵਿੰਦਰ ਸਿੰਘ ਲੋਟੇ ਜੀ, ਕਵੀ, ਇੱਕ ਮਕੈਨਿਕ ਪੇਸ਼ੇ ਵਜੋਂ ਮਕੈਨਿਕ, ਪਰ ਦੁਨੀਆ ਦੀ ਨਿਗਾਹ ਦੇ ਵਿੱਚ ਇਹ ਜ਼ਿਆਦਾਤਰ ਇਸ ਕਰਕੇ ਜਾਣੇ ਜਾਂਦੇ ਨੇ ਕਿ ਬੋਤਲਾਂ ਦੇ ਅੰਦਰ ਲਿਖਣ ਵਾਲਾ ਪਹਿਲਾ ਕਵੀ, ਵਰਲਡ ਦਾ ਪਹਿਲਾ ਕਵੀ ਬੋਤਲਾਂ ਦੇ ਅੰਦਰ ਲਿਖਣ ਵਾਲਾ। ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਹੋਰ ਇਹੋ ਜਿਹੇ ਸ਼ਖਸਾਂ ਨਾਲ ਸਮੇਂ ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਅਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।